ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੋਮਣੀ ਪੰਥ ਅਕਾਲੀ ਤਰਨਾ ਦਲ ਮਿਸਲ ਜੱਸਾ ਸਿੰਘ ਰਾਮਗੜੀ ਦੇ ਦਲ ਦਾ ਮੌਜੂਦੇ ਜਹੇਦਾਰ ਭਾਈ ਗੁਰਦੀਪ ਸਿੰਘ ਜੀ ਜਹੇਦਾਰ ਭਾਈ ਕਿਆ ਵੱਲੋਂ ਇਹ ਪੁੱਛਿਆ ਜਾਣਾ ਚਾਹੁੰਦਾ ਜੀ ਸੁਖਵੀਰ ਬਾਦਲ ਤੋਂ ਵੀ ਬਾਦਲ ਸਾਹਿਬ ਨੇ ਜਦੋਂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀਗੀ ਉਦੋਂ ਸੁਖਵੀਰ ਬਾਦਲ ਕਹਿੰਦਾ ਸੀਗਾ ਵੀ ਇਹ ਜਿੰਨੇ ਬੇਲੇ ਨੇ ਜਿਨ੍ਹਾਂ ਨੂੰ ਘਰਾਂ 'ਚ ਕੋਈ ਪੁੱਛਦਾ ਨਹੀਂਗਾ ਏ ਜਾ ਕੇ ਹੈਡ ਤੇ ਬਹਿ ਗਏ ਨੇ ਇਹਨਾਂ ਨੂੰ ਕੋਈ ਜ਼ਿਆਦਾ ਦੁੱਖ ਆ ਤੇ ਉਸ ਵਕਤ ਦਾ ਜਦੋਂ ਸਾਡੇ ਪਿਓ ਤੇ ਵਿਵਤਾ ਬਣੀਆ ਉਸ ਵਕਤ ਤਾਂ ਇਹ ਤੁਰਿਆ ਨਹੀਂ ਤੇ ਅੱਜ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਉਹਨੂੰ ਘਰੋਂ ਕਾੜਤਾ ਇਹ ਅੱਜ ਬੇਲਾ ਹੋ ਗਿਆ ਉਹਨੂੰ ਕੋਈ ਕੰਜਰ ਨੂੰ ਪੁੱਛਦਾ ਨਹੀਂ ਅੱਜ ਆਪੇ ਹੈਡ ਤੇ ਜਾ ਕੇ ਬਹਿ ਗਿਆ ਕਹਿਣਾ ਕਿਸੇ ਨੂੰ ਸੌਖਾ ਹੁੰਦਾ ਪਾਸ਼ਾ ਨੂੰ ਉੱਥੇ ਬਾਹ ਦਿੰਦਾ ਪਾਸ਼ਾ ਦੇ ਗਰਾਂਤ ਸਾਹਿਬ ਦੀ ਬੇਅਦਬੀ ਹੋਈ ਆ ਉਦੋਂ ਸਿੰਘਾਂ ਨੇ ਦਿਨ ਰਾਤ ਇੱਕ ਕੀਤਾ ਇਹਨੂੰ ਅਰਜ਼ਾ ਵੀ ਕੀਤਿਆਂ ਤੇ ਨੇ ਇਹੀ ਲਬਜ਼ ਕਿਹਾ ਸੀਗਾ ਵੀ ਜਿਹੜੇ ਘਰੇ ਕੋਈ ਜਿਨ੍ਹਾਂ ਨੂੰ ਪੁੱਛਦਾ ਨਹੀਂ ਤੇ ਉਹ ਹਾਈਡਾਂ ਤੇ ਜਾ ਕੇ ਬਹਿ ਗਏ ਆ ਤੇ ਅੱਜ ਪਾਸ਼ਾਣੇ ਸਾਫਤ ਕਰਤਾ ਸੁਖਵੀਰ ਸਿੰਘ ਤੈਨੂੰ ਵੀ ਕੋਈ ਪੁੱਛਦਾ ਨਹੀਂ ਘਰੇ ਤਾਂ ਹੀ ਜਾ ਕੇ ਅੱਜ ਤੂੰ ਵੀ ਹਾਈਡ ਤੇ ਬਹਿ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰਿਆਂ ਨੂੰ ਬੇਨਤੀ ਆ ਵੀ ਜਿੱਥੇ ਹਾਈਡ ਤੇ ਮੋਰਚਾ ਨੇ ਲਾਇਆ ਉੱਥੋਂ ਤੱਕ ਮੇਰੀ ਵੀਡੀਓ ਜ਼ਰੂਰ ਪਹੁੰਚਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ